بسم الله الرحمن الرحيم ومن آياته خلق السماوات والأرض واختلاف ألسنتكم وألوانكم إن في ذلك لآيات للعالمين لیکن ہمیں سونے رب دا کراں کلام بیان قرآن مجید ارشاد باری تعالیٰ وے کہ اللہ دی نشانیاں اچ ایک اے بھی اے کہ اس نے زمین تے آسماناں نو پیدا کیتا تواڈی زباناں دے نال تواڈے رنگاں اچ فرق رکھا بے شک حکمت والیاں وسے اس گل اچ نشانیاں نے پاکستان درجنا زباناں بولنے والا ملک اے تے اے ساریاں زباناں گلدستے تے پھل دی طرح ਫੁੱਲਾਂ ਦੇ ਬਾਦਸ਼ਾਹ ਗੁਲਾਬ ਨੂੰ ਜਿਹੜਾ ਵੀ ਸੁੰਘਦਾ ਹੈ ਤਾਂ ਉਹਨੂੰ ਗੁਲਾਬ ਦੀ ਇੱਕ ਮਖਸੂਸ ਖੁਸ਼ਬੂ ਆਉਂਦੀ ਹੈ ਗੁਲਾਬ ਨੂੰ ਤੁਸੀਂ ਗੁਲਾਬ ਕਹੋ ਰੋਜ਼ ਕਹੋ ਜਾਂ ਫਿਰ ਰਿਜ਼ ਕਹੋ ਉਸਦੀ ਖੁਸ਼ਬੂ ਵਿੱਚ ਕੋਈ ਫਰਕ ਨਹੀਂ ਆਉਂਦਾ ਪਾਕਿਸਤਾਨ ਵਿੱਚ ਬੋਲੇ ਜਾਣ ਵਾਲੀਆਂ ਜ਼ਬਾਨਾਂ ਵੀ ਗੁਲਾਬ ਦੀ ਤਰ੍ਹਾਂ ਉਹਨਾਂ ਦੀ ਮਖਸੂਸ ਆਵਾਜ਼ ਅਤੇ ਲਹਿਜਾ ਵੀ ਜ਼ਮੀਨੀ ਫੈਲਾਓ ਅਤੇ ਤਹਿਜ਼ੀਬੀ ਤਬਦੀਲੀਆਂ ਦੀ ਵਜ੍ਹਾ ਕਰਕੇ ਉਹਨਾਂ ਨੂੰ ਸਾਨੀ ਹਿੰਦਕੋ ਪੰਜਾਬੀ ਸਿੰਧੀ ਗੋਜਰੀ ਸਰਾਇਕੀ ਕੋਹਿਸਤਾਨੀ ਪਹਾੜੀ ਅਤੇ ਕਸ਼ਮੀਰੀ ਦੇ ਨਾਮ ਦੇ ਦਿੱਤੇ ਹਨ ਪਰ ਇਹਨਾਂ ਜ਼ਬਾਨਾਂ ਦੇ ਬੋਲਣੇ ਵਾਲੇ ਇੱਕ ਦੂਏ ਤੋਂ ਕੋਲ ਆਪਣੀ ਗੱਲ ਬਗੈਰ ਤਰਜਮੇ ਨਾਲ ਬਿਆਨ ਕਰ ਲੈਂਦੇ ਇਸ ਖਾਤਰ ਅਸੀਂ ਕਹਿ ਸਕਦੇ ਹਾਂ ਕਿ ਇਹਨਾਂ ਮਖਸੂਸ ਆਵਾਜ਼ਾਂ ਵਾਲੀਆਂ ਜ਼ਬਾਨਾਂ ਦੀ ਮੁੱਢ ਇੱਕੀ ਇਸ ਖੂਬਸੂਰਤ ਗੁਲਾਬ ਨੂੰ ਸਾਨੀ ਮੁਖਤਲਿਫ ਨਾਮ ਸਿਰਫ ਪਛਾਣਨੇ ਦੇ ਹਵਾਲੇ 'ਤੇ ਦਿੱਤੇ ਹੋਏ ਗੁਲਾਬ 'ਤੇ ਇੱਕ ਰੰਗ ਇਨਕੋ ਦੀ ਗੱਲ ਕਰਨੀ ਹਾਂ ਬਿਲਾਸ਼ੁਬਾ ਜ਼ਬਾਨ ਦੀ ਅਹਿਮੀਅਤ ਦੁਨਿਆਵੀ ਹਰ ਕੌਮ ਅਤੇ ਨਸਲ ਵਾਸਤੇ ਅਹਿਮੀਅਤ ਰੱਖਦੀ ਹੈ ਹਿੰਦਕੋ ਜ਼ਬਾਨ ਵੀ ਹਿੰਦਕੋਵਾਨਾ ਦੀ ਤਹਿਜ਼ੀਬ ਅਤੇ ਸਕਾਫਤ ਦੀ ਤਾਰੀਖ ਬਤਾਉਂਦੀ ਹੈ ਕਿ ਹਿੰਦਕੋਵਾਨਾ ਦੇ ਪਿਓ ਦਾਦੇ ਆਪਣੀ ਜ਼ਬਾਨ ਦੀ ਖੂਬਸੂਰਤੀ ਵਿੱਚ ਕਿਤਨੇ ਮਾਲਾਮਾਲ ਹੈ ਅਤੇ ਆਪਣੀ ਜ਼ਬਾਨ 'ਤੇ ਕਿਤਨਾ ਫਖਰ ਕਰਦੇ ਹੈ ਜਦੋਂ ਤੱਕ ਉਹਨਾਂ ਦੇ ਵਜੂਦ ਇਸ ਦੁਨੀਆਂ ਦੇ ਵਿੱਚ ਮੌਜੂਦ ਰਹਿਣ ਹਿੰਦਕੋ ਜ਼ਬਾਨ ਅੱਗੇ ਹੀ ਅੱਗੇ ਵੱਧਦੀ ਰਹੀ ਅਤੇ ਕਦੀ ਕਿਸੇ ਨੂੰ ਇਸ ਜ਼ਬਾਨ ਦੇ ਬੋਲਣੇ ਵਿੱਚ ਜਾਂ ਇਜ਼ਹਾਰ ਵਿੱਚ ਜਾਂ ਆਪਣੇ ਕੰਮਾਂ ਕਾਜਾਂ ਵਿੱਚ ਕਿਸੇ ਕਿਸਮ ਦੀ ਵੀ ਦਿੱਕਤ ਮਹਿਸੂਸ ਨਹੀਂ ਆਉਂਦੀ ਹੈ ਗੰਧਾਰਾ ਹਿੰਦਕੋ ਬੋਰਡ ਨੇ ਜਦੋਂ ਸੀ ਹਿੰਦਕੋ ਜ਼ਬਾਨ ਅਦਬ ਸਕਾਫਤ ਦੀ ਤਰੱਕੀ ਦੀ ਗੱਲ ਸ਼ੁਰੂ ਕੀਤੀ ਹੈ ਉਸੇ ਦੇ ਨਾਲ ਉਹਨਾਂ ਨੇ ਇਲਾਕੇ ਵਿੱਚ ਬੋਲੀ ਜਾਣ ਵਾਲੀ ਸਾਰੀਆਂ ਜ਼ਬਾਨਾਂ ਦੀ ਵੀ ਤਰੱਕੀ ਦੀ ਗੱਲ ਕੀਤੀ ਹੈ ਇਹਨਾਂ ਪਾਕਿਸਤਾਨੀ ਜ਼ਬਾਨਾਂ ਵਿੱਚ ਇਸ਼ਤਰਾਕ ਦੇ ਪਹਿਲੂ ਬਹੁਤ ਜ਼ਿਆਦਾ ਇਹ ਜ਼ਬਾਨਾਂ ਸਾਡੇ ਦਰਮਿਆਨ ਇਖਤਲਾਫ ਦੀ ਬਜਾਏ ਯਕਜਹਤੀ ਦਾ ਬਿਹਤਰੀਨ ਨਮੂਨਾ ਹੁੰਦਾ ਮੈਂ ਸਮਝਦਾ ਕਿ ਜਿਹੜੀ ਹਿੰਦਕੋ ਜ਼ਬਾਨ ਤਰਵੀਜ ਵਾਸਤੇ ਰਿਵਾਈਵਲ ਵਾਸਤੇ ਜਿਹੜਾ ਗੰਧਾਰਾ ਹਿੰਦਕੋ ਬੋਰਡ ਸਾਹਮਣੇ ਆਇਆ ਉਸ ਦੇ ਨਾਲ ਇਸ ਇਲਾਕੇ ਦੀ ਸੂਬੇ ਦੀ ਹੋਰ ਜ਼ਬਾਨਾਂ ਨੂੰ ਵੀ ਬੜੀ ਤਰੱਕੀ ਦੇ ਮੌਕੇ ਮਿਲ ਰਹੇ ਹਨ ਕਿਉਂਕਿ ਗੰਧਾਰਾ ਹਿੰਦਕੋ ਬੋਰਡ ਦਾ ਇੱਕ ਬਹੁਤ ਵੱਡਾ ਜਿਹੜਾ ਨਾ ਇੱਕ ਫੀਚਰ ਹੈ ਹਾਲਮਾਰਕ ਹੈ ਕਿ ਇਸ ਹਿੰਦਕੋ ਦੇ ਇਲਾਵਾ ਬਾਕੀ ਇਲਾਕਾਈ ਜ਼ਬਾਨਾਂ ਦਾ ਵੀ ਤਰਜਮਾਨ ਹੈ ਅਤੇ ਉਸ ਵਿੱਚ ਜਿਹੜੀ ਖਿਦਮਤ ਉਸ ਉਹਨਾਂ ਜ਼ਬਾਨਾਂ ਦੀ ਹੋ ਸਕਦੀ ਹੈ ਇਹ ਗੰਧਾਰਾ ਹਿੰਦਕੋ ਬੋਰਡ ਕਰ ਰਿਹਾ ਅਤੇ ਸਾਨੂੰ ਇਸ ਦੇ ਉੱਤੇ ਫਖਰ ਹੈ ਕਿ ਅਸੀਂ ਸੂਬੇ ਦੇ ਬਾਕੀ ਸਾਰੀ ਜ਼ਬਾਨਾਂ ਬਲਕਿ ਇਸ ਵਿੱਚ ਪਸ਼ਤੋ ਵੀ ਸ਼ਾਮਿਲ ਹੈ ਉਰਦੂ ਵੀ ਹੈ ਹੋਰ ਇਲਾਕਾਈ ਜ਼ਬਾਨਾਂ ਅਸੀਂ ਉਹਨਾਂ ਵਿੱਚ ਤਫਰੀਕ ਨਹੀਂ ਕੀਤੀ ਅਤੇ ਇਹ ਗੰਧਾਰਾ ਹਿੰਦਕੋ ਬੋਰਡ ਮੈਂ ਸਮਝਦਾ ਇੱਕ ਯੂਨੀਕ ਅਦਾਰਾ ਹੈ ਜਿਹੜਾ ਕਿ ਆਪਣੀ ਜ਼ਬਾਨ ਦੇ ਇਲਾਵਾ ਬਾਕੀ ਜ਼ਬਾਨਾਂ ਦੀ ਵੀ ਤਰੱਕੀ ਵਾਸਤੇ ਕੰਮ ਕਰ ਰਿਹਾ ਹਿੰਦਕੋ ਜ਼ਬਾਨ ਸੂਬੇ ਖੈਬਰ ਪਖਤੂਨਖਵਾ ਦੀ ਦੂਈ ਵੱਡੀ ਜਦਕਿ ਪਾਕਿਸਤਾਨ ਦੀ ਛੇਵੀਂ ਵੱਡੀ ਜ਼ਬਾਨ ਹੈ ਹਿੰਦਕੋ ਜ਼ਬਾਨ ਇਤਨੀ ਮਿੱਠੀ ਹੈ ਕਿ ਇਸ 'ਤੇ ਬੋਲਣੇ ਵਾਲੇ ਸਭ ਜ਼ਬਾਨਾਂ ਦੇ ਲੋਕਾਂ ਨਾਲ ਪਿਆਰ ਅਤੇ ਮੁਹੱਬਤ ਕਰਦੀ ਹੈ ਅਤੇ ਇਹ ਮਿੱਠੀ ਜ਼ਬਾਨ ਬਰਫਪੋਸ਼ ਚੋਟੀਆਂ 'ਤੇ ਵੀ ਬੋਲੀ ਜਾਂਦੀ ਹੈ ਅਤੇ ਇਸਦੇ ਬੋਲਣੇ ਵਾਲੇ ਰੇਗਿਸਤਾਨਾਂ ਦੀ ਗਰਮੀ ਵਿੱਚ ਵੀ ਮਿੱਠੇ ਬੋਲ ਬੋਲਦੇ ਹਨ ਜ਼ਬਾਨ ਦੀ ਕੂਪ ਸ਼ਹਿਰਾਂ 'ਚ ਵੀ ਆਉਂਦੀ ਹੈ ਅਤੇ ਇਹ ਸਦਾ ਸਾਨੂੰ ਗ੍ਰਾਮਾਂ ਦੇ ਵਿੱਚ ਵੀ ਸੁਣਨੇ ਨੂੰ ਮਿਲਦੀ ਹੈ ਹਿੰਦਕੋ ਜ਼ਬਾਨ ਯਕੀਨਨ ਨਾ ਸਿਰਫ ਪਿਸ਼ਾਵਰ ਦੇ ਘਰ ਕੋਹਾਟ ਡੇਰਾ ਇਸਮਾਇਲ ਖਾਨ ਐਬਟਾਬਾਦ ਅਤੇ ਇਸ ਸੂਬੇ ਖੈਬਰ ਪਖਤੂਨਖਵਾ ਦੇ ਮੁਖਤਲਿਫ ਹਿੱਸਿਆਂ ਦੇ ਘਰ ਬੋਲੀ ਜਾਂਦੀ ਹੈ ਜਿਸਦੇ ਘਰ ਨੌਸ਼ਹਿਰਾ ਅਤੇ ਸੁਆਬੀ ਵੀ ਸ਼ਾਮਿਲ ਹਨ ਹਿੰਦਕੋ ਜ਼ਬਾਨ ਦੀ ਚਾਸ਼ਨੀ ਇਸਦੀ ਮਿਠਾਸ ਅਤੇ ਇਸਦੀ ਸ਼ਰੀਨੀ ਸਿਰਫ ਉਹਨਾਂ ਨੂੰ ਹੀ ਪਤਾ ਹੋਵੇ ਕਿ ਜਿਹੜੀ ਇਹ ਜ਼ਬਾਨ ਬੋਲਦੇ ਮਾਂ ਦੀ ਉਹ ਜ਼ਬਾਨ ਕਿ ਜਿਹੜੀ ਸਾਨੇ ਆਪਣੇ ਉਸ ਵਕਤ ਦੇ ਘਰ ਸਿੱਖੀ ਕਿ ਜਦੋਂ ਸਾਨੂੰ ਜ਼ਬਾਨ ਹੀ ਬੋਲਣੀ ਨਹੀਂ ਆਉਂਦੀ ਉਹ ਜ਼ਬਾਨ ਉਹ ਮਾਂ
ਉਹ ਮਾਂ ਬੋਲੀ ਸਾਨੂੰ ਕਦੀ ਵੀ ਨਹੀਂ ਭੁੱਲਣੀ ਚਾਹੀਦੀ। ਅੱਜ ਸੀ ਤਕਰੀਬਨ 22 ਸਾਲ ਪਹਿਲੇ ਕੁਝ ਨੌਜਵਾਨ ਆਪਣੀ ਜ਼ਬਾਨ ਨੂੰ ਫੈਲਾਣੇ ਦਾ ਅਲਮ ਚੁੱਕ ਕੇ ਸਾਹਮਣੇ ਆਏ ਅਤੇ ਹਿੰਦਕੋ ਜ਼ਬਾਨ ਅਦਬ ਔਰ ਸਕਾਫਤ ਦੀ ਤਰਵੀਜ ਅਤੇ ਤਰੱਕੀ ਦੇ ਕੰਮ ਦਾ ਆਗਾਜ਼ ਜਨਾਬ ਮੁਹੰਮਦ ਜ਼ਿਆਉਦੀਨ ਦੇ ਕਾਰ ਦੀ ਬੈਠਕ ਵਿੱਚੋਂ ਕੀਤਾ ਗਿਆ। ਇਸ ਸਫ਼ਰ ਵਿੱਚ ਅਦੀਬ, ਸ਼ਾਇਰ, ਦਾਨਿਸ਼ਵਰ, ਸਹਾਫ਼ੀ, ਡਾਕਟਰ, ਬਿਊਰੋਕ੍ਰੇਟਸ ਅਤੇ ਜ਼ਿੰਦਗੀ ਦੇ ਹੋਰ ਸ਼ੋਬਿਆਂ ਨਾਲ ਤਾਲੁਕ ਰੱਖਣ ਵਾਲੇ ਲੋਕ ਸ਼ਾਮਿਲ ਹੁੰਦੇ ਰਹੇ ਅਤੇ ਆਪਣੀ ਮਾਂ ਬੋਲੀ ਦੀ ਤਰੱਕੀ ਵਿੱਚ ਆਪਣਾ ਕਿਰਦਾਰ ਅਦਾ ਕਰਦੇ ਰਹੇ। ਅੱਜ ਸੀ ਤਕਰੀਬਨ 22 ਸਾਲ ਪਹਿਲੇ 1992 ਦੇ ਵਿਚਕਾਰ ਕੁਛ ਲੋਕਾਂ ਨੇ ਜਦੋਂ ਇਸ ਚੀਜ਼ ਨੂੰ ਮਹਿਸੂਸ ਕੀਤਾ ਕਿ ਸਾਡੀ ਹਿੰਦਕੋ ਜ਼ਬਾਨ ਦੀ ਤਰੱਕੀ, ਸਾਡੀ ਸਕਾਫਤ ਦੀ ਤਰੱਕੀ ਵਾਸਤੇ ਕੋਈ ਖਾਸ ਕੰਮ ਕਿਧਰੇ ਨਹੀਂ ਹੁੰਦਾ ਪਿਆ, ਹਾਲ ਹਾਲ ਕੰਮ ਚੱਲਦਾ ਪਿਆ, ਲੇਕਿਨ ਬਾਕਾਇਦਾ ਤੌਰ 'ਤੇ ਕਿਸੇ ਜਗ੍ਹਾ 'ਤੇ ਵੀ ਕੋਈ ਇਸ ਤਰ੍ਹਾਂ ਦਾ ਕੰਮ ਨਹੀਂ ਆਇਆ। ਅਤੇ ਉਸ ਵਕਤ ਜਿਹੜੇ ਨੌਜਵਾਨਾਂ ਨੇ, ਜਿਹੜੇ ਲੋਕਾਂ ਨੇ ਸੋਚਿਆ, ਉਹ ਗਿਣਤੀ 'ਤੇ ਗਿਣਨੇ, ਉਂਗਲੀਆਂ 'ਤੇ ਗਿਣਨੇ ਦੇ ਬਰਾਬਰ ਹੈ। ਹਿੰਦਕੋ ਦੀ ਤਰੱਕੀ ਦੇ ਸਫ਼ਰ ਦੇ ਆਗਾਜ਼ ਵਿੱਚ ਕੰਧਾਰਾ ਹਿੰਦਕੋ ਬੋਰਡ ਦਾ ਕੁੱਲ ਸਰਮਾਇਆ 4-5 ਸੌ ਰੁਪਇਆ ਆ। 50 ਪੈਸੇ ਵਿੱਚ ਹਿੰਦਕੋ ਵਾਨ ਅਖਬਾਰ ਫੋਟੋ ਕਾਪੀ ਦੀ ਸੂਰਤ ਵਿੱਚ ਛਪ ਕੇ ਤਕਸੀਮ ਆਉਂਦਾ ਆਇਆ। ਚੰਦਾ ਕਰਕੇ ਹਿੰਦਕੋ ਦੀ ਤਰਵੀਜ ਵਸੇ ਪ੍ਰੋਗਰਾਮ ਆਉਂਦੇ ਆ, ਕਿਤਾਬਾਂ ਛਪਦੀਆਂ ਆਈਆਂ, ਤਹਿਕੀਕ ਆਉਂਦੀ ਹੈ ਅਤੇ ਆਲਮੀ ਹਿੰਦਕੋ ਕਾਨਫਰੰਸ ਸਮੇਤ ਮੁਤਾਬਿਕ ਕਾਨਫਰੰਸਾਂ ਵੀ ਮੁਨਕਿਦ ਹੋਈਆਂ। ਇਹਨਾਂ ਸਭ ਕਾਮਯਾਬੀਆਂ ਦੇ ਪਿੱਛੇ ਲਗਨ, ਜਜ਼ਬਾ ਅਤੇ ਇਸ਼ਕ ਦਾ ਹਵਾਲਾ ਨੁਮਾਇਆ ਆਇਆ। ਗੰਧਾਰਾ ਹਿੰਦਕੋ ਬੋਰਡ ਦੀ ਤਰੱਕੀ ਅਤੇ ਅੱਜ ਜਿਸ ਮਕਾਮ 'ਤੇ ਗੰਧਾਰਾ ਹਿੰਦਕੋ ਬੋਰਡ ਖਲੁੱਤ ਹੋਇਆ ਹੈ, ਮੈਂ ਤੁਹਾਨੂੰ ਸੱਚ ਕਹਿੰਦਾ ਕਿ ਇਸਦੇ ਵਿਚਕਾਰ ਸਰਮਾਏ ਦਾ ਕੋਈ ਇਤਨਾ ਰਸ ਉਹ ਨਹੀਂ ਆਇਆ, ਰੋਲ ਨਹੀਂ ਆਇਆ। ਇਸਦੇ ਵਿਚਕਾਰ ਸਾਡਾ ਜਨੂੰਨ ਜਿਹੜਾ ਆ, ਜਿਹੜੇ ਪੀ ਐੱਸ ਸੀ ਵਰਕਰ ਰਹੇ ਹਾਂ, ਜ਼ਿਆਉਦੀਨ ਸਾਹਿਬ, ਡਾਕਟਰ ਜ਼ਿਆਉਦੀਨ ਸਾਹਿਬ ਅਤੇ ਸਾਡੇ ਜਿਹੜੇ ਪਹਿਲੇ ਚੇਅਰਮੈਨ ਨੇ ਡਾਕਟਰ ਜ਼ੂਰ ਰਹਿਮਾਨ ਸਾਹਿਬ, ਸਾਡੇ ਸਭ ਦੀ ਨੀਅਤਾਂ ਅਤੇ ਸਾਡੇ ਵਿਚਕਾਰ ਅਮਲ ਸ਼ਾਮਿਲ ਹੋਇਆ। ਇਸ ਤਰੀਕ ਨੂੰ ਇੱਥੇ ਇੱਧਰ ਪਹੁੰਚਾਉਣੇ 'ਚ ਮੈਂ ਜਿਤਨਾ ਦੇਖਿਆ, ਹੁਣ ਤੱਕ ਮੈਂ ਇਸ ਤਨਜ਼ੀਮ ਨਾਲ ਵਾਬਸਤਾ ਹਾਂ ਅੱਲਾਹ ਦੇ ਫਜ਼ਲ ਦੇ ਨਾਲ, ਮੈਂ ਦੇਖਿਆ ਕਿ ਜੀ ਕਿਸੇ ਵੀ ਤਰੀਕ ਨੂੰ ਕਾਮਯਾਬ ਬਣਾਉਣ ਵਾਸਤੇ ਪੈਸੇ ਦੀ ਕੰਟਰੀਬਿਊਸ਼ਨ ਜ਼ਰੂਰੀ ਨਹੀਂ ਹੁੰਦੀ, ਸਿਰਫ ਤੁਹਾਡੀ ਨੇਕ ਨੀਅਤੀ ਖਲੂਸ ਇਹ ਕੰਮ ਕਰਦਾ। ਇਸ ਸਫ਼ਰ ਦੇ ਦੌਰਾਨ ਇੱਕ ਐਸਾ ਵਕਤ ਵੀ ਆਇਆ ਜਦੋਂ ਇਸ ਕੰਮ ਨਾਲ ਵਾਬਸਤਾ ਲੋਕਾਂ ਨੂੰ ਇੰਤਹਾਈ ਸਖ਼ਤ ਮੁਸ਼ਕਲਾਂ ਦਾ ਸਾਹਮਣਾ ਵੀ ਕਰਨਾ ਪਿਆ। ਮੇਰੇ ਇਸ਼ਕ ਦੇ ਇਸ ਸਫ਼ਰ ਵਿੱਚ ਪੈਰ ਰੁਕ ਕੇ ਨਾ ਹੀ ਥੱਕੇ। ਗੰਧਾਰਾ ਹਿੰਦਕੋ ਬੋਰਡ ਪਾਕਿਸਤਾਨ ਦਾ ਕੰਮ 1993 'ਚ ਸ਼ੁਰੂ ਹੋਇਆ ਅਤੇ ਉਸ ਵਕਤ ਜਦੋਂ ਸਾਨੇ ਕੰਮ ਸ਼ੁਰੂ ਕੀਤਾ, ਸਾਡੇ ਕੋਲ ਵਸਾਇਲ ਨਾ ਹੋਣੇ ਦੇ ਬਰਾਬਰ ਹੈ, ਲੇਕਿਨ ਬਾਅਦ ਸਾਨੂੰ ਇਸ ਚੀਜ਼ ਦਾ ਅਹਿਸਾਸ ਆਇਆ ਕਿ ਹਿੰਦਕੋ ਜ਼ਬਾਨ ਨੂੰ, ਸਕਾਫਤ ਨੂੰ ਤਰੱਕੀ ਦੇਣੀ ਹੈ। ਅਤੇ ਉਸ ਵਕਤ ਸਾਨੂੰ ਡਾਕਟਰ ਜ਼ੂਰ ਅਹਿਮਦ ਅਵਾਨ ਸਾਹਿਬ, ਜਿਹੜੇ ਬਹੁਤ ਜ਼ਬਰਦਸਤ ਮੁਸੰਨਿਫ ਹੈ, ਲਿਖਾਰੀ ਹੈ, ਲੇਕਿਨ ਉਹਨਾਂ ਦਾ ਕੰਮ ਹਿੰਦਕੋ ਦੀ ਬਜਾਏ ਉਰਦੂ 'ਚ ਹੈ। ਸਾਰੇ ਇਹਨਾਂ ਨੂੰ ਦਰਖਾਸਤ ਕੀਤੀ ਤੁਸੀਂ ਸਾਡੀ ਸਰਪ੍ਰਸਤੀ ਫਰਮਾਓ, ਉਹਨਾਂ ਨੇ ਸਰਪ੍ਰਸਤੀ ਕੀਤੀ ਅਤੇ ਫਿਰ ਸਾਡੇ 'ਤੇ ਮੁਸ਼ਕਿਲਾਂ ਦਾ ਵਕਤ ਇਸ ਤਰ੍ਹਾਂ ਆਇਆ ਕਿ ਸਾਡੀ ਜ਼ਬਾਨ ਨੂੰ ਸਕਾਫਤ ਵਾਸਤੇ ਕੋਈ ਅਦਾਰਾ ਕਾਇਮ ਨਹੀਂ ਆਇਆ। ਸਾਨੇ ਆਪਣੀ ਕੋਸ਼ਿਸ਼ਾਂ ਦੇ ਨਾਲ ਇਸ ਕੰਮ ਨੂੰ ਅੱਗੇ ਵਧਾਇਆ ਅਤੇ ਇੱਕ ਵਕਤ ਫਿਰ ਇਸ ਤਰ੍ਹਾਂ ਵੀ ਆਇਆ ਸਾਡੇ 'ਤੇ, ਅੱਲਾਹ ਤਾਲਾ ਨੇ ਫਜ਼ਲ ਕੀਤਾ ਕਿ ਇਜਾਜ਼ ਅਹਿਮਦ ਕੁਰੈਸ਼ੀ, ਜਿਹੜੇ ਸਾਡੇ ਸਿਵਲ ਵੇਅਰ ਕੁਰੈਸ਼ੀ 'ਤੇ ਬੜਾ ਵੱਡਾ ਅਤੇ ਬੜਾ ਅੱਛਾ ਨਾਮ ਹੈ, ਮੁਤਬਰ ਨਾਮ ਹੈ, ਸਾਨੂੰ ਉਹਨਾਂ ਦੀ ਸਰਪ੍ਰਸਤੀ ਹਾਸਲ ਹੋਈ ਅਤੇ ਸਾਨੇ ਫਿਰ ਆਪਣਾ ਸਫ਼ਰ ਜਾਣਾ ਜਾਰੀ ਰੱਖਿਆ ਹੋਇਆ। ਅਤੇ ਉਹ ਸ਼ੁਰੂ ਦੇ ਸਾਨੂੰ ਜਿਹੜੀ ਮੁਸ਼ਕਿਲਾਂ ਦਾ ਦੌਰ ਹੈ, ਅੱਲਾਹ ਨੇ ਕੀਤਾ ਕਿ ਸਾਡਾ ਮੁਸ਼ਕਿਲਾਂ ਦਾ ਦੌਰ ਸਾਡੇ 'ਤੇ ਕੁਛ ਘੱਟ ਹੈ। ਇਹ ਹਕੀਕਤ ਹੈ ਕਿ ਕਿਸੇ ਵੀ ਕੰਮ ਨੂੰ ਜਾਰੀ ਰੱਖਣ ਵਾਸਤੇ ਵਸਾਇਲ ਦੀ ਜ਼ਰੂਰਤ ਹੁੰਦੀ ਹੈ, ਲੇਕਿਨ ਅਗਰ ਵਸਾਇਲ ਨਾ ਹੋਣ, ਆਮਦਨ ਦਾ ਵੀ ਕੋਈ ਜ਼ਰੀਆ ਨਾ ਹੋਵੇ, ਚਾਰੋਂ ਪਾਸੇ ਗੁਪਨ ਦੇਰਾ ਹੋਵੇ, ਮਾਯੂਸੀ ਅਤੇ ਹੌਸਲਾ ਸ਼ਿਕਨੀ ਦੇ ਬਾਵਜੂਦ ਕੋਈ ਆਪਣੇ ਪੁਖਤਾ ਇਰਾਦੇ, ਅਜ਼ਮ, ਯਕੀਨ ਅਤੇ ਯਕਸੋਈ ਦੇ ਨਾਲ ਮੰਜ਼ਿਲ ਦੀ ਤਰਫ ਵੱਧਦਾ ਰਹੇ ਅਤੇ ਉਸ ਤੋਂ ਇੱਕ ਨਾ ਇੱਕ ਦਿਨ ਉਸਦੀ ਮੰਜ਼ਿਲ ਜ਼ਰੂਰ ਮਿਲ ਜਾਂਦੀ ਹੈ। 22 ਸਾਲਾਂ ਦੀ ਮਿਹਨਤ ਅਤੇ ਕੋਸ਼ਿਸ਼ਾਂ ਦੇ ਬਾਅਦ ਕੱਖ ਸੀ ਲੱਖ ਹਕੀਕਤ ਦੇ ਰੂਪ ਵਿੱਚ ਚੱਲਣੇ ਲੱਗਾ ਅਤੇ ਗੰਧਾਰਾ ਹਿੰਦਕੋ ਅਕੈਡਮੀ ਕਾਇਮ ਹੋ ਗਈ। ਗੰਧਾਰਾ ਹਿੰਦਕੋ ਬੋਰਡ ਦਾ ਖਾਬ ਗੰਧਾਰਾ ਹਿੰਦਕੋ ਅਕੈਡਮੀ ਦੀ ਸੂਰਤ ਵਿੱਚ ਹਕੀਕਤ ਬਣ ਚੁੱਕਾ ਵੇ ਅਤੇ ਅਕੈਡਮੀ ਦੇ ਇੰਤਜ਼ਾਮੀ ਉਮੂਰ ਦੀ ਨਿਗਰਾਨੀ ਗੰਧਾਰਾ ਹਿੰਦਕੋ ਬੋਰਡ ਦੇ ਸਪੁਰਦ ਕੀਤੀ ਗਈ ਹੈ ਅਤੇ ਥੋੜ੍ਹੇ ਹੀ ਵਕਤ ਵਿੱਚ ਤਹਿਕੀਕ, ਤਖਲੀਕ ਅਤੇ ਤਰਵੀਜ ਦੇ ਹਵਾਲੇ ਨਾਲ ਕਈ ਕੰਮ ਕਰ ਲਿੱਤੇ ਗਏ। ਉਸ ਵਕਤ ਵਿੱਚ, ਉਸ ਦੌਰ ਜਦੋਂ ਕੱਖ ਦਾ ਵੇਲਾ ਆਇਆ, ਸਾਡੇ ਕੋਲ ਵਸਾਇਲ ਨਾ ਹੋਣੇ ਦੇ ਬਰਾਬਰ ਹੈ, ਲੇਕਿਨ ਅੱਲਾਹ ਤਾਲਾ ਦਾ ਪਹਾੜੇ 'ਤੇ ਬੜਾ ਫਜ਼ਲ ਹੋਇਆ। ਸਾਨੂੰ ਅੱਲਾਹ ਤਾਲਾ ਨੇ ਆਪਣੇ ਫਜ਼ਲ ਦੇ ਨਾਲ ਸਾਨੂੰ ਵਸਾਇਲ ਵੀ ਮੁਹੱਈਆ ਹੋਏ ਅਤੇ ਸਾਨੇ ਆਪਣਾ ਇਸ ਸਫ਼ਰ, ਜਿਹੜਾ ਮੁਸ਼ਕਿਲਾਂ ਦਾ ਸਫ਼ਰ ਹੈ, ਆਹਿਸਤਾ ਆਹਿਸਤਾ ਸਾਨੂੰ ਅੱਲਾਹ ਤਾਲਾ ਨੇ ਆਸਾਨੀਆਂ ਪੈਦਾ ਕੀਤੀਆਂ ਅਤੇ ਫਿਰ ਸਾਡੇ ਕੋਲ ਵਸਾਇਲ ਵੀ ਆਉਂਦੇ ਗਏ ਅਤੇ ਸਾਡਾ ਇਹ ਸਫ਼ਰ ਕੱਖ ਸੀ ਫਿਰ ਲੱਖ ਦੀ ਤਰਫ ਇਸ ਤਰ੍ਹਾਂ ਹੋਇਆ ਕਿ ਫਿਰ ਇੱਕ ਵਕਤ ਆਇਆ ਕਿ ਸਾਨੇ ਗੰਧਾਰਾ ਹਿੰਦਕੋ ਅਕੈਡਮੀ ਵੀ ਬਣਾ ਦਿੱਤੀ। ਇਹ ਅਕੈਡਮੀ ਦਾ ਸਾਰਾ ਸਰਮਾਇਆ ਸਾਨੂੰ ਸੂਬਾਈ ਹਕੂਮਤ ਦੇ ਦਿੱਤਾ
ਲੇਕਿਨ ਸਾਡੀ ਇਸ ਕੰਮ ਨੂੰ ਦੇਖਦੇ ਹੋਏ ਸੂਬਾਈ ਹਕੂਮਤ ਨੇ ਫੈਸਲਾ ਕੀਤਾ ਕਿ ਇਸ ਅਕੈਡਮੀ ਨੂੰ ਗੰਧਾਰਾ ਹਿੰਦਕੋ ਅਕੈਡਮੀ ਨੂੰ ਚਲਾਉਣ ਵਾਸਤੇ ਗੰਧਾਰਾ ਹਿੰਦਕੋ ਬੋਰਡ ਦੀ ਖਿਦਮਤ ਹੀ ਦਿੱਤੀ ਜਾਊ। ਗੰਧਾਰਾ ਹਿੰਦਕੋ ਬੋਰਡ ਅਤੇ ਗੰਧਾਰਾ ਹਿੰਦਕੋ ਅਕੈਡਮੀ ਦੇ ਤਹਿਤ ਮੁਨਕਿਦਾ ਆਲਮੀ ਹਿੰਦਕੋ ਕਾਨਫਰੰਸ ਦਾ ਮੌਜੂ ਵੀ ਹਿੰਦਕੋ ਦੀ ਦੀਗਰ ਪਾਕਿਸਤਾਨੀ ਜ਼ਬਾਨਾਂ, ਸਕਾਫਤਾਂ ਅਤੇ ਉਹਨਾਂ ਦੇ ਅਦਬ ਦੀ ਤਰੱਕੀ ਦੇ ਜ਼ਰੀਏ ਯਕਜਹਿਤੀ ਅਤੇ ਖੁਸ਼ਹਾਲੀ ਦਾ ਉਸੂਲ ਰੱਖਿਆ ਗਿਆ ਵੇ। ਯਕਜਹਿਤੀ ਅਤੇ ਖੁਸ਼ਹਾਲੀ ਦਾ ਇਹ ਸਫ਼ਰ ਜਾਰੀ ਹੈ।